ਕੱਲ੍ਹ ਬੜਾ ਚਰਚਾ ਕੀਤੀ ਸੀ ਵਿਸ਼ਾਲ ਹਿਮਾਲਿਆ ਪਰਬਤ ਦੇ ਖੇਤਰ ਤੇ ਉਹਦੇ ਬਾਰੇ ਆਪਾਂ ਸਾਰਾ ਜਾਣਿਆ ਕਿ ਸਾਡੇ ਹਿਮਾਲਿਆ ਦੇ ਕਿਹੜੇ ਕਿਹੜੇ ਪਾਰਟ ਹੈਗੇ ਨੇ। ਟ੍ਰਾਂਸ ਹਿਮਾਲਿਆ ਹੈ ਬੇਟਾ, ਜੋ ਸਾਡਾ ਮਹਾਨ ਹਿਮਾਲਿਆ ਹੈ, ਛੋਟਾ ਹਿਮਾਲਿਆ ਹੈ, ਜਾਂ ਅਸੀਂ ਨੂੰ ਬਾਹਰੀ ਹਿਮਾਲਿਆ ਕਹਿ ਦਿੰਦੇ, ਜੋ ਨੈਕਸਟ ਪਾਰਟ ਹੈ। ਤੇ ਆਓ ਅੱਜ ਆਪਾਂ ਗੱਲ ਕਰਦੇ ਹਾਂ ਉੱਤਰ ਦੇ ਵਿਸ਼ਾਲ ਮੈਦਾਨ। ਓਕੇ, ਉੱਤਰ ਦੇ ਵਿਸ਼ਾਲ ਮੈਦਾਨ ਦੇ ਵਿੱਚ ਬੇਟਾ, ਜੋ ਅਸੀਂ ਦੋ ਤਰੀਕੇ ਨਾਲ ਇਹਨਾਂ ਦਾ ਜਿਹੜੀ ਵੰਡ ਆਪਾਂ ਕਰਦੇ ਹਾਂ, ਇੱਕ ਤਾਂ ਹੈ ਬਣਤਰ ਦੇ ਅਨੁਸਾਰ। ਹਾਂਜੀ, ਬੱਚੇ ਨੋਟ ਕਰ ਲੈਣ, ਬਣਤਰ ਦੇ ਅਨੁਸਾਰ, ਤੇ ਦੂਸਰਾ ਹੈ ਖੇਤਰੀ ਵੰਡ ਦੇ ਅਨੁਸਾਰ। ਇਹ ਅਸੀਂ ਬੇਟਾ ਜੋ ਹੈ ਭਾਰਤ ਦੇ ਮੈਦਾਨਾਂ ਦੀ ਜਿਹੜੀ ਵੰਡ ਹੈ ਉਹਦੀ ਮੈਂ ਗੱਲ ਕਰ ਰਿਹਾ ਹਾਂ। ਤਾਂ ਦੋ ਤਰੀਕੇ ਨਾਲ ਅਸੀਂ ਵੰਡ ਕਰਦੇ ਹਾਂ, ਬਣਤਰ ਦੇ ਅਨੁਸਾਰ ਔਰ ਖੇਤਰੀ ਵੰਡ ਦੇ ਅਨੁਸਾਰ। ਹਾਂਜੀ ਬੱਚਿਓ, ਜੇਕਰ ਤੁਹਾਨੂੰ ਮੇਰੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਹੈ ਤਾਂ ਰਾਈਟ ਯੈਸ ਇਨ ਦਾ ਚੈਟ ਬੋਕਸ। ਫਿਰ ਆਪਾਂ ਅੱਗੇ ਚੱਲੀਏ। ਹਾਂਜੀ ਬੇਟਾ, ਮੇਰੀ ਆਵਾਜ਼ ਸਾਰਿਆਂ ਨੂੰ ਸੁਣਾਈ ਦੇ ਰਹੀ ਹੈ ਸਪਸ਼ਟ? ਯੂ ਕੈਨ ਰਾਈਟ ਯੈਸ ਇਨ ਚੈਟ ਬੋਕਸ ਬੇਟਾ। ਓਕੇ, ਥੈਂਕ ਯੂ ਹਰਸ਼। ਜੀ ਆਪਾਂ ਬੇਟਾ ਹੁਣ ਚੱਲਦੇ ਹਾਂ ਬਣਤਰ ਦੇ ਅਨੁਸਾਰ। ਜੋ ਸਾਡੇ ਮੈਦਾਨ ਨੇ ਉਹਨਾਂ ਦੀ ਡਿਵੀਜ਼ਨ ਕਿਸ ਤਰ੍ਹਾਂ ਹੈ ਉਹਦੀ ਆਪਾਂ ਗੱਲ ਕਰਦੇ ਹਾਂ। ਅਸੀਂ ਬਣਤਰ ਦੇ ਅਨੁਸਾਰ ਬੇਟਾ, ਸਾਡੇ ਜਿਹੜੇ ਭਾਰਤ ਦੇ ਮੈਦਾਨ ਨੇ ਉੱਤਰੀ ਭਾਰਤ ਦੇ, ਇਹ ਅਸੀਂ ਆ ਦੇਖੋ 1, 2, 3, 4, 5 ਤੇ 6, 6 ਭਾਗਾਂ ਦੇ ਵਿੱਚ ਵੰਡ ਕੀਤੀ ਹੋਈ ਹੈ। ਪਹਿਲਾ ਜਿਹੜਾ ਭਾਗ ਹੈ ਜਿਸ ਨੂੰ ਕਹਿੰਦੇ ਆ ਭਾਬਰ, ਹਾਂਜੀ ਭਾਬਰ। ਦੂਸਰਾ ਤਰਾਈ, ਫਿਰ ਬਾਂਗਰ ਔਰ ਬਾਂਗਰ ਤੋਂ ਬਾਅਦ ਹੈ ਜੀ ਖਾਡਰ, ਤੇ ਉਸ ਤੋਂ ਬਾਅਦ ਜੋ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੇ ਜਾਂ ਕਲਰ ਦੀ ਜਿਹੜੀ ਮਿੱਟੀ ਹੁੰਦੀ ਹੈ ਬੇਟਾ, ਕਲਰੀ ਮਿੱਟੀ ਦੇ ਮੈਦਾਨ। ਤੇ ਲਾਸਟ ਦੇ ਵਿੱਚ ਹੈ ਸਾਡੇ ਕੋਲ ਭੂਰ ਦੇ ਮੈਦਾਨ। ਓਕੇ, ਭੂਰ ਦੇ ਮੈਦਾਨ। ਤੇ ਆਹ ਬੇਟਾ ਕੋਈ ਫਿਰ ਨੋਟ ਕਰ ਲਓ, ਭਾਬਰ, ਤਰਾਈ, ਬਾਂਗਰ, ਖਾਡਰ, ਰੇ ਦੇ ਮੈਦਾਨ ਜਾਂ ਕਲਰੀ ਮਿੱਟੀ ਦੇ ਮੈਦਾਨ ਤੇ ਭੂਰ। ਆਓ ਆਪਾਂ ਇੱਕ ਇੱਕ ਬਾਰੇ ਜੋ ਹੈ, ਜੋ ਮੇਨ ਮੇਨ ਬੇਟਾ ਆਪਾਂ ਜੋ ਉਹਨਾਂ ਦੇ ਤੱਤ ਹੈਗੇ ਨੇ, ਬਸ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਜੀ ਸਭ ਤੋਂ ਪਹਿਲੇ ਹੈ ਭਾਬਰ ਦੇ ਮੈਦਾਨ ਬੇਟਾ। ਭਾਬਰ ਦੇ ਜਿਹੜੇ ਮੈਦਾਨ ਨੇ, ਇਹ ਜੋ ਸ਼ਿਵਾਲਿਕ ਸ਼੍ਰੇਣੀ ਹੈ ਬੇਟਾ, ਜੋ ਹਿਮਾਲਿਆ ਪਰਬਤ ਦੀ ਜਿਹੜੀ ਸ਼ਿਵਾਲਿਕ ਪਰਬਤ ਆਪਣੇ ਪੰਜਾਬ ਦੇ ਵੀ ਬੜਾ ਜਾਂਦੇ ਨੇ, ਹੁਸ਼ਿਆਰਪੁਰ ਸ਼ਿਵਾਲਿਕ ਹੈ, ਰੋਪੜ ਸ਼ਿਵਾਲਿਕ ਹੈ ਬੇਟਾ ਉੱਥੋਂ। ਤੇ ਇਹ ਜਿਹੜਾ ਹੈ 8 ਕਿਲੋਮੀਟਰ ਤੋਂ 16 ਕਿਲੋਮੀਟਰ ਦੀ ਪੱਟੀ ਵਿੱਚ ਹੈਗੇ ਨੇ ਤੇ ਇਹ ਸ਼ਿਵਾਲਿਕ ਸ਼੍ਰੇਣੀ ਦੇ ਪੈਰਾਂ ਵਿੱਚ ਹੈਗੇ ਨੇ ਬੇਟਾ। ਓਕੇ, ਇਹ ਤੁਸੀਂ ਜਿਹੜਾ ਹੈ ਧਿਆਨ ਰੱਖਣਾ ਹੈ ਭਾਬਰ ਦੇ ਮੈਦਾਨ। ਔਰ ਸ਼ਿਵਾਲਿਕ ਤੋਂ ਪੂਰਵਾਂਚਲ ਤੱਕ ਕੰਕਰ ਪੱਥਰ ਜਮ੍ਹਾਂ ਹੁੰਦੇ ਰਹਿੰਦੇ ਨੇ ਬੇਟਾ, ਔਰ ਜਿਹੜੇ ਕੰਕਰ ਪੱਥਰ ਇਸ ਏਰੀਏ ਜਮ੍ਹਾਂ ਹੈਗੇ ਨੇ ਇਸ ਪੱਟੀ ਦੇ ਵਿੱਚ ਜਾਂ ਭਾਬਰ ਦੇ ਮੈਦਾਨ ਦੇ ਵਿੱਚ, ਔਰ ਇਹਨਾਂ ਕੰਕਰਾਂ ਪੱਥਰਾਂ ਦੇ ਵਿੱਚ ਪਾਣੀ ਸੋਖਣ ਦੀ ਜਿਹੜੀ ਸਮਰੱਥਾ ਬੇਟਾ ਇਹ ਜ਼ਿਆਦਾ ਹੁੰਦੀ ਹੈ। ਭਾਬਰ ਦੇ ਮੈਦਾਨ ਜਿਹੜੇ ਨੇ ਕੰਕਰ ਪੱਥਰ ਜ਼ਿਆਦਾ ਹੁੰਦੇ ਨੇ, ਇਹਦੇ ਵਿੱਚ ਪਾਣੀ ਸੋਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਤੇ ਕੰਕਰ ਪੱਥਰ ਹੋਣ ਦੇ ਕਰਕੇ ਇਹ ਜਿਹੜੇ ਮੈਦਾਨ ਨੇ ਖੇਤੀਬਾੜੀ ਲਈ ਜ਼ਿਆਦਾ ਲਾਭਦਾਇਕ ਨਹੀਂ ਹਨ। ਤੁਸੀਂ ਬਸ ਆਹ ਜਿਹੜੀ ਮੇਨ ਬੇਟਾ ਗੱਲ ਕਰਨੀ ਹੈ ਇਹਦੇ ਵਿੱਚ ਕਿ ਜੀ ਇਹ ਸ਼ਿਵਾਲਿਕ ਸ਼੍ਰੇਣੀ ਦੇ ਪੈਰਾਂ ਵਿੱਚ ਨੇ, 8 ਤੋਂ 16 ਕਿਲੋਮੀਟਰ ਦੀ ਪੱਟੀ ਤੱਕ ਹੈਗੇ ਹੈ ਤੇ ਸ਼ਿਵਾਲਿਕ ਤੋਂ ਪੂਰਵਾਂਚਲ ਤੱਕ ਜਿਹੜੇ ਹੁੰਦੇ ਹੋਏ ਇਹਦੇ ਵਿੱਚ ਕੰਕਰ ਪੱਥਰ ਜਮ੍ਹਾਂ ਹੁੰਦੇ ਰਹਿੰਦੇ ਨੇ ਤੇ ਜਿਸ ਦੇ ਕਾਰਨ ਇਹ ਖੇਤੀਬਾੜੀ ਦੇ ਲਈ ਲਾਹੇਵੰਦ ਨਹੀਂ ਹਨ।
और पानी सोखन की समर्था इन्हां विच ज्यादा है। ओके जी, भाबर दे मैदान बेटा, ऐसे करके मैं इन्हां दा कलर वखरा किया होया। ते दूसरा आप हम चलते हैं बेटा तराई दे मैदान। हुण तराई दे मैदान जिवें कि नाम तो ही पता लग रहा है, ते आओ पहले आपां इन्हां दी जो है पट्टी दी गल करिए। ये बेटा 15 to 20 किलोमीटर चौड़ी जो पट्टी है तराई दे मैदान, ते ये जिहड़ा है भाबर दे दक्खण विच दलदली पट्टी है बेटा, जिहड़े आपां मैदान कीते ने भाबर दे। भाबर दे मैदाना दे दक्खण दे विच ये दलदली पट्टी है, क्योंकि इहदे विच जो है पानी जिहड़ा है वह बेटा ज़्यादा हुंदा है, और जदों भी बारिश वगैरह हुंदी है बेटा, ते जिहड़ा भाबर दा जो अंदरूनी जिहड़ी नदियां ने इन्हां दियां, उन्हां दा पानी तराई दे विच बाहर आ जांदा है। ते ऐसे करके जो है इत्थे ये दलदल वाला इलाका है और हुमस नाल भरिया हुंदा है, ते ज़्यादा वर्खा कारण इत्थे जिहड़े जंगल ने वह काफ़ी संघने ने बेटा। तुसीं देखिया होना कि जो अपना हुशियारपुर वाला इलाका है बेटा, उहदे विच जो सारा है वह संघना इलाका है सारा। ते इस करके जो असी इन्हां नूं तराई दे मैदान बेटा कहने आ गए हाँ। हाँ जी बच्चो, कुछ बच्चे बोल रहे ने कि आवाज नहीं आ रही, अगर जेकर तुहानूं आवाज सुनाई दे रही है बेटा तो यू कैन राइट यस इन द चैट बॉक्स। ओके, थैंक यू शीतल, कोमलप्रीत, ओके डन। ते हाँ जी, तराई दे मैदान बेटा, बस तुसी यही गल करनी है कि जी भाबर दे दक्खण विच ने एक दलदली पट्टी है, 15 to 20 किलोमीटर चौड़ी पट्टी है, और इहदे विच वर्खा जिहड़ी है ज़्यादा हुंदी है, और उह तां देखो बेटा बनी हुई गल है वी जिथे ज़्यादा वर्खा होएगी तां उत्थे ऑटोमैटिकली जिहड़े अपने जंगल ने उह होणगे, ते इह दलदल ते हुमस नाल भरिया होया इलाका है बेटा तराई वाला। ओके जी, ते उस तों बाद आ जाओ बांगर बेटा। बांगर दे जिहड़े मैदान ने ओह किवें ने, बांगर दे मैदान, बांगर दे जिहड़े मैदान हैगे बेटा ओह नदियां तों दूर जिहड़े ने उचले उच्चे इलाके हैगे है, ते इह बेटा खेतीबाड़ी वास्ते ज़्यादा लाहेमंद नहीं हुंदे, और पुरानी जो है ये मिट्टी हुंदी है बेटा, क्योंकि नदियां तो दूर बेटा जो उन्हां दी इलाका हैगा, ते ये जो मिट्टी है पुरानी मिट्टी है बांगर। दो गल्लां बेटा याद रखनियां, एक हुंदा जी बांगर ते एक हुंदी है जी खाडर। जो बांगर, बांगर ये मिट्टी पुरानी है बेटा, और इहनूं याद रखण दा तरीका है वी जिहड़ा बांगर, बांगर तो तुसीं बना सकदे जी बांदर, ते बांदर देखो बहुत पुराना है बेटा, किन्ना पुराना जो अपना जो जन्म है वह भी मनिया गया कि बांदरां तो होया। ठीक है जी, तो जी बांगर दे मैदान ने बेटा ये पुरानी मिट्टी के मैदान ने, ते नदियां तो दूर उच्चे इलाके होंदे ने, ते ये भी जड़े ने खेतीबाड़ी वास्ते ज़्यादा लाहेवंद नहीं होंदे बेटा। ओके, बांगर दा बेटा, बांगर। चलिए उस तों बाद आ जाओ खाडर। ये जिहड़े खाडर दे मैदान ने ये दरियावां नाल लगदे नीवें इलाके विच हुंदे बेटा, वह जिहड़े बांगर ने वह उच्चा इलाका हुंदा है, ते जिहड़ा खाडर है ये नीवां इलाका हुंदा है बेटा, ते हड़ां द्वारा जिहड़ी बिछाई गई मिट्टी द्वारा बने हुंदे ने, ते इहदे विच देखो आ जो है नवीं मिट्टी हुंदी है और ये बहुत उपजाऊ हुंदी है, ते पंजाब दे विच जो है आपां इस नूं बेट एरिया भी कह दिंदे आ बेटा, बेट एरिया। ओके, बेट एरिया पंजाब दे विच आपां कहिंदे आ, तां इह सी अपने खाडर दे मैदान। खाडर दे मैदान बेटा उपजाऊ हुंदे ने, जदकि बांगर दे जिहड़े मैदान ने ओह इन्ने ज़्यादा उपजाऊ नहीं हुंदे। ते इस तों बाद आपां अगे चलदे आ रे जां कलर वाली मिट्टी दे मैदान। ते हुण आपां नूं पता ही है जी जिस मिट्टी च कलर होएगा बेटा वह मिट्टी खारी हुंदी हैगी है। ओके, ते बंजर मैदान हुंदे ने, उहदे विच ज़्यादा कुछ आपां नहीं बेटा उगा सकते हैगे,
क्योंकि जो मिट्टी ही उपजाऊ नहीं होगी, खारी मिट्टी होगी, तो यहो जे जिहड़े मैदान ने वो उत्तर प्रदेश और हरियाणा दे विच बेटा मिलते ने रेह जां कलरी मिट्टी दे मैदान। तो अखीर दे विच अपना है पूर मिट्टी दे मैदान। एक क्वेश्चन बेटा आ जाता होंगे कि पूर मिट्टियां वाले जिहड़े मैदान ने कित्थे मिलते ने, तो ये बच्चे नोट कर लो, गंगा जमुना दे दुआबे दे विच बेटा पूर मिट्टियां दे मैदान गंगा जमुना दे दुआब दे विच। और ये जिहड़े गंगा दे उच्चे मैदान ने बेटा उत्थे मिलते ने, ते असी इन्हां नूं पूर मिट्टियां दे मैदान क्यों कहने आ, क्योंकि इन्हां मैदानां दे विच जो मिट्टियां दा निर्माण होया ना, वो हवा द्वारा उड़ा के जमा कीती गई मिट्टी नाल होया है। ओके, पौणा द्वारा उड़ा के जमा कीती मिट्टी नाल जिहड़े है मैदानां नूं असी कहने आ पूर मिट्टियां दे मैदान। ते इह तुहानूं बेटा एग्जाम दे विच एक नंबर दा या दो नंबर दे क्वेश्चन जिहड़े आ सकते हैं ने आम तौर पर, तो तुसी इन्हां नूं बेटा कर सकते हैं। इस अपने बनतर दे हिसाब नाल साढ़े बेटा छे मैदान ने, भाबर, तराई, बांगर, खाडर, कलर मिट्टी वाले ते पूड़ मिट्टियां दे मैदान बेटा। ओके, हाँ जी, किसी नूं बेटा कोई डाउट है तो यू कैन पुट योर क्वेश्चन इन द चैट बॉक्स, नहीं फिर आप बेटा अगे चलते हाँ। के जो दूसरी इनकी बनतर है खेतरी वण के हिसाब नाल उहदे उपर आपां गल करदे आं बेटा, अगर किसी ने कोई दुबारा पूछना है तां। ओके, थैंक यू कोमल, चलो आपां अगे चलदे आं फिर जी। हुण तक आपां गल कीती सी उत्तर दे विशाल मैदान इहनां दी जिहड़ी वंड है बनतर दे हिसाब नाल, ते हुण बेटा आपां गल करदे आं कि ये जिहड़ी वंड है खेतरी वंड दे हिसाब नाल। तां तुसीं देख रहे हो कि मेन आपां नूं इहदे विच जिहड़े तीन पॉइंट्स नज़र आ रहे ने, पहला है जी सिंध दे मैदान, फिर ब्रह्मपुत्र दे मैदान, ते जिहड़ी तीसरी वंड है गंगा दे मैदान। ऐसे करके इहनां तिन्नां दे बड़ा कलर जिहड़े सेम ने, खेतरी वंड दे अनुसार सिंध दे मैदान, ब्रह्मपुत्र दे मैदान और गंगा दे मैदान बेटा। ओके, मानसी कह रही है कि पाबर समझ नहीं आया बेटा, कोई गल नहीं, मैं आखिर विच आपां बेटा गल करांगे। चलिए, सिंध दे मैदान बेटा जिवें आपां पता ही हैगा कि जिहड़ा दरिया सिंध है अपना सतलुज मैदान का हिस्सा, घग्गर ते सरस्वती की जिहड़ी रेतली भूमि है बेटा। ओके, और एदे विच असी इहनूं कहिंदे आ राजस्थान दे मैदान ते मारूथल, सिंध दे मैदान की अगों जिहड़ा बेटा बाइफरकेशन है, और असी इहनूं सिस सतलुज दुआब भी बेटा कह दिंदे हैगे आ, सिस सतलुज दुआब। ते सतलुज मैदान का हिस्सा जिहड़ा घग्गर ते सरस्वती वाला बेटा है, क्योंकि जो आप सतलुज के हेठां जाने बेटा तो पहले अपने घग्गर बेटा आएगा, फिर जमुना है, उस बाद सरस्वती है, और ये रेतली भूमि वाला इलाका है, और असी इन्हां नूं राजस्थान के मैदान ते मारूथल भी कहने हैं। और ए अगों फिर बेटा जिहड़ी है इन्हां दी बाइफरकेशन, क्योंकि थार रेगिस्तान जिहड़ा है ये राजस्थान दे विच है, और इत्थे सानूं जिहड़े ने रेत दे टिब्बे मिलदे ने राजस्थान दे विच, आपां देखीए, और खारे पानी दीआं झीलां ने, जिस तरह सांबर दी झील है बेटा, खारे पानी दी झील है राजस्थान दे विच, और पानी भी जिहड़ा है उत्थों दा तकरीबन खारा ही हुंदा है बेटा। सो इह सी अपने जिहड़े ने सिंध दे मैदान, एक आपां वंड कीती है राजस्थान दे मैदान ते मारूथल, ते जिहड़ी दूसरी वंड अपनी बेटा आ है पंजाब हरियाणा दे मैदान, ये भी अपने सिंध दे मैदानां दे अंडर ही है बेटा। ओके, ते इह तां तुसीं चंगी तरह बेटा जानते होवोगे। ओके ओके,
मैं थोड़ा बड़ा स्लो चल रहा हूँ। जेड़े बेटा सिंध के मैदान ने ये मोस्टली जेड़े ने अपने आपां इन्हां नूं पंजाब ते हरियाणा के मैदान कहने आ। और ये साढ़े कोल दुआबे ने बेटा, देखो बारी दुआब है, सिंध सागर, रचना दुआब, चज दुआब ते बिस्त दुआब। ओके, तुसी बेटा 8वीं तो 9वीं जमात च आए हो ते तुहानू हले पुराने पंजाब बारे तो नहीं पता होगा इन्ना, पर तुसी इह तां जानदे ही हो कि जिहड़ा साडा अपने सूबा है पंजाब, उहदा जिहड़ा अपने नाम है पंजाब बेटा, ये फारसी भाषा तो लिया गया है शब्द जोड़ा तो, ते जिहदा मतलब है पंज दरियावां दी धरती या पंज पंजां पाणियां दी धरती। ये जिहड़े पंज दरिया ने साडे पंजाब दे विच, सतलुज, ब्यास, रावी, जेलम अते चनाब, ये पंज आबां तो मिलके बनिया मेरा सोहना देश पंजाब। ओके, और ये भी गल है बेटा कि पूरी दुनिया दे अंदर जिहड़ा अपना ये इलाका है पंजाब दा बेटा, जिन्ना उपजाऊ ये इलाका है पूरी दुनिया दे अंदर शायद ही कोई होर इलाका होवे बेटा। ते ये जिहड़े दुआबे ने बेटा, मुगल बादशाह अकबर दे समय ये बनाए गए सी, इन्हां दे नाम रखे गए। दुआबा बेटा समझदे हो ना, दो दरियावां दी जिहड़ी धरती हुंदी है ते जिहड़ा विचकार जिहड़ी जो जगह हुंदी है बेटा, जो इलाका हुंदा है, असीं उहनूं दुआबा कहिंदे आ। और जेडे भी दो दरिया हैगे ने असी उन्हां दे नाम तो ही रखा गया है उस दुआबे दा नाम। जिवें पहला देखो बारी दुआब, हुण बारी दे विच ही दो दरिया ने बेटा, बारी बब्बे तो ब्यास ते रारे तो रावी, बारी दुआब बेटा। ओके, ये जिहड़ा है दुआबा बेटा ब्यास ते रावी दरिया तो मिलके बनिया। फिर हैगा जी सिंध सागर दुआब, सिंध सागर जिहड़ा अपना सिंध दरिया है बेटा, वो जिहड़ा सारा इलाका है असीं उहनूं सिंध सागर दुआब कहिंदे आ। ते फिर है जी रचना, रचना देखो दो दरिया नजर आ रहे ने मैनूं तां विच, इहदे रारे तों रावी ते चना तों चनाब बेटा, रावी अते चनाब। ओके, ये जरा अपने दुआबा बेटा हुन पाकिस्तान पंजाब च है। ते दुआबा चज ये भी पाकिस्तानी पंजाब या पश्चिमी पंजाब च है बेटा। चज दा मतलब है चचे तो चनाब और जजे तो जेलम। ओके, ते दुआबा बिस्त, बिस्त दा मतलब ब्यास अते सतलुज, ब्यास अते सतलुज बेटा। ते इन्हां दे विच मैं कल भी आपां अपनी बेटा गल होई सी कि सब तों जिहड़ा उपजाऊ दुआबा है वो हैगा जी अपना बारी, ते जिहड़ा सब तों घट उपजाऊ दुआबा है इन्हां दे विच वो है सिंध सागर। ते एक गल मैं होर दस दियां कि बारी दुआबे दे जिहड़े दो प्रसिद्ध शहर ने बेटा, बारी दुआबे दे ब्यास ते रावी विचकार जिहड़े आंदे ने, एक अपना जो है धार्मिक शहर जिहड़ा चौथी पातशाही ने वसाया सी बेटा, उस शहर दा नाम है अमृतसर, ते दूसरा जिहड़ा शहर है लाहौर बेटा। ये दोनों ही बारी दुआबे दे प्रसिद्ध शहर ने जी। ये आपां बड़ा गल कर रहे सी सिंध दे मैदानां दी। एक बारी फिर देखो पंजाब हरियाणा दे मैदान आपां हो गए, पंजाब हरियाणा दे मैदानां दे विच तुसी गल करनी है दुआबियां बारे। ओके, और फिर तुसी जिहड़ी गल करनी है सिंध सतलुज दुआब, ते उस ते जिहड़ा नीचे हैगा बेटा सतलुज
ਦਾਮਦਾਨ ਦਾ ਹਿੱਸਾ ਤੇ ਘੱਗਰ ਤੇ ਸਰਸਵਤੀ ਇਹ ਸਾਰਾ ਰੇਤਲੀ ਭੂਮੀ ਹੈ ਔਰ ਇਹ ਆ ਜਾਂਦਾ ਹੈ ਰਾਜਸਥਾਨ ਦੇ ਅਸੀਂ ਇਹਨੂੰ ਮੈਦਾਨ ਕਹਿ ਦਿੰਦੇ ਹਾਂ ਮਾਰੂਥਲ ਕਹਿ ਦਿੰਦੇ ਹਾਂ ਰਾਜਸਥਾਨ ਦੇ ਵਿੱਚ ਥਾਰ ਮਾਰੂਥਲ ਹੈ ਉਹਦੇ ਵਿੱਚ ਰੇਤ ਦੇ ਟਿੱਬੇ ਨੇ ਤੇ ਖਾਰੇ ਪਾਣੀ ਦੀਆਂ ਝੀਲਾਂ ਨੇ ਬੇਟਾ ਓਕੇ ਇਹ ਆਪਣਾ ਹੋ ਗਿਆ ਸਿੰਧ ਦੇ ਮੈਦਾਨ ਹੁਣ ਆਪਾਂ ਗੱਲ ਕਰੀਏ ਬ੍ਰਹਮਪੁੱਤਰ ਦੇ ਮੈਦਾਨ ਬ੍ਰਹਮਪੁੱਤਰ ਦੇ ਮੈਦਾਨ ਬੇਟਾ ਜਿਹੜਾ ਸਾਡਾ ਬਿਲਕੁਲ ਪੂਰਬ ਵਾਲਾ ਪਾਸਾ ਹੈਗਾ ਤੇ ਅਸੀਂ ਇਹਨਾਂ ਨੂੰ ਆਸਾਮ ਦੇ ਮੈਦਾਨ ਵੀ ਕਹਿ ਦਿੰਦੇ ਹਾਂ ਔਰ ਇਹ ਇਹਨਾਂ ਦੀ ਜਿਹੜੀ ਹਾਈਟ ਹੈ ਬੇਟਾ 250 ਤੋਂ 550 ਮੀਟਰ ਉੱਚੇ ਨੇ ਇਹ ਬ੍ਰਹਮਪੁੱਤਰ ਦੇ ਮੈਦਾਨ ਤੇ ਅਗਰ ਤੁਹਾਨੂੰ ਕੁਸਚਨ ਆਉਂਦਾ ਹੈ ਕਿ ਬ੍ਰਹਮਪੁੱਤਰ ਦੇ ਮੈਦਾਨਾਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਆਸਾਮ ਦੇ ਮੈਦਾਨ ਓਕੇ ਜਿਸ ਤਰ੍ਹਾਂ ਸਿੰਧ ਦੇ ਮੈਦਾਨ ਨੂੰ ਅਸੀਂ ਮੋਸਟਲੀ ਕਹਿ ਦਿੰਦੇ ਹਾਂ ਪੰਜਾਬ ਹਰਿਆਣੇ ਦੇ ਮੈਦਾਨ ਤਾਂ ਬ੍ਰਹਮਪੁੱਤਰ ਦੇ ਮੈਦਾਨ ਚ ਇੰਨਾ ਹੀ ਹੈ ਤੀਸਰੀ ਅਤੇ ਅਖੀਰਲੀ ਜਿਹੜੀ ਬੇਟਾ ਵੰਡ ਹੈ ਮੈਦਾਨਾਂ ਦੀ ਖੇਤਰੀ ਵੰਡ ਦੇ ਅਨੁਸਾਰ ਗੰਗਾ ਦੇ ਮੈਦਾਨ ਹੁਣ ਗੰਗਾ ਦੇ ਮੈਦਾਨਾਂ ਨੂੰ ਅਸੀਂ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ ਬੇਟਾ ਗੰਗਾ ਦੇ ਉੱਚੇ ਮੈਦਾਨ ਵਿਚਕਾਰਲੇ ਮੈਦਾਨ ਤੇ ਗੰਗਾ ਦੇ ਹੇਠਲੇ ਮੈਦਾਨ ਤੇ ਮੈਂ ਤੁਹਾਨੂੰ ਕੋਸ਼ਿਸ਼ ਕੀਤੀ ਹੈ ਬੇਟਾ ਕੰਸੈਪਟ ਮੈਪ ਨਾਲ ਦੱਸਣ ਦੀ ਕਿ ਜੋ ਮੇਨ ਮੇਨ ਗੱਲਾਂ ਨੇ ਬਸ ਉਹ ਤੁਹਾਡੇ ਦਿਮਾਗ 'ਚ ਰਹਿਣ ਔਰ ਇਹਦੀ PDF ਵੀ ਤੁਸੀਂ ਜੋ ਹੈ ਆਪਣਾ ਜਿਹੜਾ ਗਰੁੱਪ ਹੈ ਬੇਟਾ ਟੈਲੀਗ੍ਰਾਮ ਦਾ ਜੋ ਬਣਿਆ ਹੋਇਆ ICT ਵਾਲਾ ਉਹਦੇ ਵਿੱਚੋਂ ਡਾਊਨਲੋਡ ਕਰ ਸਕਦੇ ਹੋ ਹਾਂਜੀ ਪਹਿਲਾਂ ਆਪਾਂ ਗੱਲ ਕਰ ਲਈਏ ਗੰਗਾ ਦੇ ਜਿਹੜੇ ਨੇ ਉੱਚੇ ਮੈਦਾਨ ਬੇਟਾ ਇਹ ਜਿਹੜਾ ਇਹ ਜਿਹੜੇ ਮੈਦਾਨ ਨੇ ਗੰਗਾ ਦੇ ਉੱਚੇ ਮੈਦਾਨ ਇਹ ਜੋ ਇਹਨਾਂ ਦੀਆਂ ਸਹਾਇਕ ਨਦੀਆਂ ਨੇ ਬੇਟਾ ਗੰਗਾ ਦੀਆਂ ਗੰਗਾ ਜਮਨਾ ਤੇ ਬੇਤਵਾ ਗੋਮਤੀ ਤੇ ਘਾਗਰਾ ਬੇਤਵਾ ਗੋਮਤੀ ਤੇ ਘਾਗਰਾ ਬੇਟਾ ਓਕੇ ਤੇ ਇਹ ਜਿਹੜਾ ਹੈ ਗੰਗਾ ਜਮਨਾ ਦੁਆਬ ਦਾ ਇਲਾਕਾ ਬੇਟਾ ਜਿਹੜਾ ਕਿ ਸਹਾਇਕ ਨਦੀਆਂ ਬੇਤਵਾ ਗੋਮਤੀ ਔਰ ਘਾਗਰਾ ਇਹਨਾਂ ਦੇ ਮੈਦਾਨਾਂ ਤੋਂ ਬਣਿਆ ਨੇ ਔਰ ਗੰਗਾ ਦੇ ਉੱਚੇ ਮੈਦਾਨ ਦੇ ਵਿੱਚ ਜਿਹੜੇ ਮੈਦਾਨ ਸ਼ਾਮਿਲ ਨੇ ਉਹ ਕਿਹੜੇ ਕਿਹੜੇ ਨੇ ਭਾਬਰ ਦਾ ਮੈਦਾਨ ਅਤੇ ਤਰਾਈ ਦੇ ਮੈਦਾਨ ਬੇਟਾ ਜਿਹੜੇ ਤਾਂ ਬਹੁਤ ਦੂਰ ਦੇ ਇਲਾਕੇ ਨੇ ਬੇਟਾ ਉਹ ਆਪਣੇ ਹੋ ਗਏ ਭਾਬਰ ਦੇ ਜੋ ਆਪਣੇ ਨਾਲ ਆ ਜਾਂਦੇ ਨੇ ਸ਼ਿਵਾਲਿਕ ਸ਼੍ਰੇਣੀ ਦੇ ਪੈਰਾਂ ਦੇ ਵਿੱਚ ਬੇਟਾ ਓਕੇ ਤੇ ਇਹ ਆਪਣੇ ਸੀ ਬੇਟਾ ਗੰਗਾ ਦੇ ਉੱਚੇ ਮੈਦਾਨ ਹੁਣ ਹੈ ਗੰਗਾ ਦੇ ਵਿਚਕਾਰਲੇ ਮੈਦਾਨ ਬੇਟਾ ਗੰਗਾ ਦੇ ਵਿਚਕਾਰਲੇ ਮੈਦਾਨ ਗੰਗਾ ਦੇ ਵਿਚਕਾਰਲੇ ਜਿਹੜੇ ਮੈਦਾਨ ਨੇ ਉਹ ਇਹਨਾਂ ਦੀਆਂ ਜਿਹੜੀਆਂ ਸਹਾਇਕ ਨਦੀਆਂ ਬੇਟਾ ਘਾਗਰਾ ਗੰਡਕ ਸੋਨ ਅਤੇ ਕੋਸੀ ਇਹ ਵਿਚਕਾਰ ਆ ਜਾਂਦੀਆਂ ਬੇਟਾ ਫਿਰ ਨੋਟ ਕਰ ਲਓ ਘਾਗਰਾ ਗੰਡਕ ਸੋਨ ਤੇ ਕੋਸੀ ਨਦੀ ਇਹਨਾਂ ਨਦੀਆਂ ਨੇ ਮਿਲਾ ਕੇ ਜਿਹੜਾ ਬਣਾਇਆ ਹੈ ਗੰਗਾ ਦੇ ਵਿਚਕਾਰਲੇ ਮੈਦਾਨ ਔਰ ਇਹਨਾਂ ਦੇ ਜਿਹੜੇ ਹੋਰ ਨਾਮ ਨੇ ਬੇਟਾ ਉਹ ਅਸੀਂ ਕਹਿ ਦਿੰਦੇ ਹਾਂ ਮਿਥਿਲਾ ਜਾਂ ਬਿਹਾਰ ਦੇ ਮੈਦਾਨ ਓਕੇ ਜਿਵੇਂ ਆਪਾਂ ਕੀਤਾ ਹੈ ਗੰਗਾ ਦੇ ਉੱਚੇ ਮੈਦਾਨਾਂ ਨੂੰ ਅਸੀਂ ਕਹਿੰਦੇ ਹਾਂ ਭਾਬਰ ਅਤੇ ਤਰਾਈ ਦੇ ਮੈਦਾਨ ਤੇ ਵਿਚਕਾਰਲੇ ਮੈਦਾਨਾਂ ਨੂੰ ਮਿਥਿਲਾ ਜਾਂ ਬਿਹਾਰ ਦੇ ਮੈਦਾਨ ਓਕੇ ਤੇ ਤੀਸਰਾ ਹੈ ਬੇਟਾ ਗੰਗਾ ਦੇ ਹੇਠਲੇ ਮੈਦਾਨ ਇਹਦੇ ਵਿੱਚ ਜਿਹੜੀਆਂ ਸਹਾਇਕ ਨਦੀਆਂ ਨੇ ਤਿਸਤਾ ਜਲ ਟਾਕਾ ਤੇ ਤੋਰਸਾ ਨਦੀਆਂ ਬੇਟਾ ਕੰਟਰੀਬਿਊਟਰੀਜ਼ ਹੈਗੀਆਂ ਬੇਟਾ ਇੱਕ ਗੰਗਾ ਜਮਨਾ ਦੀਆਂ ਤਾਂ ਇਹਦੇ ਵਿੱਚ ਜਿਹੜੇ ਇਲਾਕੇ ਨੇ ਮੋਸਟਲੀ ਆਪਣੇ ਪੱਛਮੀ ਬੰਗਾਲ ਦਾ ਇਲਾਕਾ ਹੈ ਬੇਟਾ ਔਰ ਦਾਰਜੀਲਿੰਗ ਇਹਦੇ ਵਿੱਚ ਨਹੀਂ ਆਉਂਦਾ ਬੇਟਾ ਦਾਰਜੀਲਿੰਗ ਨੂੰ ਛੱਡ ਕੇ ਬਾਕੀ ਜਿਹੜਾ ਹੈ ਪੱਛਮੀ ਬੰਗਾਲ ਦਾ ਇਲਾਕਾ ਇਹਦੇ 'ਚ ਆਉਂਦਾ ਹੈ ਗੰਗਾ ਦੇ ਹੇਠਲੇ ਮੈਦਾਨ ਦੇ ਵਿੱਚ ਔਰ ਇਸ ਮੈਦਾਨ ਦਾ ਦੋ ਤਿਹਾਈ ਹਿੱਸਾ ਬੇਟਾ ਸੁੰਦਰਬਨ ਡੈਲਟੇ ਦੇ ਨੇ ਟੱਕਿਆ ਹੋਇਆ
सुंदरबन डेल्टा गंगा दे हेठले मैदान दे विच है बेटा। ओके सुखमनप्रीत, मैं दस देना बेटा। हाँ जी, सुंदरबन डेल्टा जो है बेटा, संसार का सब तो वड्डा डेल्टा हैगा जी, ये नोट कर लो। सुंदरबन डेल्टा संसार का सब तो विशाल डेल्टा है। डेल्टा समझ दो ना बेटा, जिन्हों की शक्ल तिकोण वर्गी होंगी है, ते जेडे बहुत उपजाऊ होंगे ने। और सुंदरबन डेल्टा जो है, यदा नाम इस करके पिया क्योंकि इतने सुंदरी नाम दे जेडे रुख ने ज्यादा होंगे ने, ते उन्हां जो है रुखां दे नाम तो ही इस डेल्टे का नाम सुंदरबन पै गया। और इतने अपने बंगाली टाइगर्स बड़े होंगे ने बेटा, ये तो उन्हों का घर हैगा। ओके, तो ये सी बेटा अपने गंगा दे मैदान। एक बार मैं फिर दस रहा हाँ, गंगा दे उच्चे मैदान ने बेटा। गंगा दे जिहड़े उच्चे मैदान ने या उपरले मैदान ने, जिहड़ियां इन्हां दियां सहायक नदियां ने, वो हैगियां बेटा बेतवा, गोमती ते घाघरा। बेतवा, गोमती अते घाघरा, और एदे विच जिहड़े मैदान शामिल ने भाबर अते तराई दे मैदान, गंगा दे उपरले मैदान बेटा। ते गंगा दे विचकारले मैदान विच ये बिहार दे मैदान कहने हां, और जिहड़े गंगा दे हेठले मैदान ने ये पछमी बंगाल का हिस्सा है बेटा, लेकिन दार्जिलिंग एदे विच शामिल नहीं है। ते सुंदरबन जो डेल्टा है, ये भी गंगा दे हेठले मैदान का हिस्सा है बेटा। ओके जी, तो ये सी अपना मेन जो है सारा उत्तर दे विशाल मैदानों की वंड बेटा। ते अपने कोल थोड़ा जा समा हैगा, अपने कोल हाले 10 मिंट हैगे ने बेटा। ते एक बार तुसी फिर बेटा नजर मार लो भी बनतर दे हिसाब नाल 6 भाग ने साडे, और खेतर दी अगर आपां वंड करिए ਤਾਂ ਉਸ ਹਿਸਾਬ ਨਾਲ ਜੋ ਹੈ ਸਾਡੇ ਕੋਲ ਬੇਟਾ ਮੇਨ 3 ਹੋ ਗਏ। ਇੱਕ ਤਾਂ ਹੋ ਗਿਆ ਆਪਣੇ ਪੰਜਾਬ ਹਰਿਆਣਾ ਦੇ ਮੈਦਾਨ, ਓਕੇ, ਤੇ ਰਾਜਸਥਾਨ ਦੇ ਮੈਦਾਨ ਤੇ ਮਾਰੂਥਲ, ਔਰ ਗੰਗਾ ਦੇ ਮੈਦਾਨ ਬੇਟਾ, ਤੇ ਬ੍ਰਹਮਪੁੱਤਰ ਦੇ ਮੈਦਾਨ, ਮੇਨ 4 ਨੇ ਬੇਟਾ। पर कई बारी जो है पंजाब हरियाणा ते राजस्थान को एको कह देंगे ने सिंध दे मैदान, ते उस तरह भी आप कर सकते है बेटा। ओके चले जी, हुण वारी है अपनी फीडबैक दी। हाँ जी, जो जिन्हें बच्चे ने बेटा टेट वगैरह का एग्जाम देना है, तो मैं उदे नाल रिलेटेड हुण क्वेश्चन पूछन जा रहा है, ऐसे ही अपने टॉपिक दे विचों उत्तर दे विशाल मैदानों दे विचों, तां तुसी उन्हों सुन के बेटा अपना जवाब दे सकते हैगे हो। यस, मेरा पहला क्वेश्चन ये है कि एदे विच केड़ी जिहड़ी है, केड़े मैदान बहुत उपजाऊ हैं। मैं ऑप्शन दे रहा हूं बेटा, खाडर दे मैदान, बांगर दे मैदान, इन्हां दे विचों किहड़े मैदान ज्यादा उपजाऊ ने। हाँ जी, खाडर और बांगर, हाँ जी, बहुत सारे बच्चे बेटा जवाब दे रहे ने। हाँ जी, मानसी, सिमरन, कंबोज, रजनी, सागर, कोमलप्रीत। ओके हाँ बेटा, तुम जवाब दिता है। देखो जरा, खाडर है वो सही जवाब है, क्योंकि खाडर के जो मैदान ने ये नीवे मैदान ने, जिहड़े दरियावां नाल लगते नीवे मैदान ने, और उत्थे बेटा जी ताजा जी नवी मिट्टी है वह जमा होंगी रहती हैगी है, इस करके ये जरा मैदान है बहुत उपजाऊ है। खाडर
ਜਦਕਿ ਜਿਹੜੇ ਬਾਂਗਰ ਵਾਲੇ ਮੈਦਾਨ ਨੇ ਇਹ ਤਾਂ ਪੁਰਾਣੇ ਮੈਦਾਨ ਨੇ, ਇਹ ਮਿੱਟੀ ਪੁਰਾਣੀ ਮਿੱਟੀ ਹੈ ਬੇਟਾ ਬਾਂਗਰ ਵਾਲੀ, ਤੇ ਇਹ ਨਦੀਆਂ ਤੋਂ ਦੂਰ ਉੱਚੇ ਇਲਾਕੇ ਹੁੰਦੇ ਨੇ। ਓਕੇ ਜੀ, ਤਾਂ ਇਸ ਕਰਕੇ ਜਿਹੜਾ ਹੈ ਇਹ ਮੈਦਾਨ ਜ਼ਿਆਦਾ ਉਪਜਾਊ ਨਹੀਂ ਹਨ ਬਾਂਗਰ ਵਾਲੇ, ਬਾਂਗਰ ਬਾਂਦਰ ਪੁਰਾਣਾ ਯਾਨੀ ਕਿ। ਓਕੇ, ਨੈਕਸਟ ਮੇਰਾ ਕੁਐਸਚਨ ਇਹ ਹੈ ਕਿ ਕਿਹੜੇ ਮੈਦਾਨਾਂ ਨੂੰ ਪੰਜਾਬ ਦੇ ਵਿੱਚ ਬੇਟ ਏਰੀਆ ਜਾਂ ਕੰਢੀ ਏਰੀਆ ਕਹਿ ਕੇ ਜਾਣਾ ਜਾਂਦਾ ਹੈ? ਬੇਟ ਏਰੀਏ ਦੇ ਨਾਮ ਨਾਲ ਕਿਹੜੇ ਮੈਦਾਨ ਮਸ਼ਹੂਰ ਨੇ ਆਪਣੇ ਪੰਜਾਬ ਦੇ ਵਿੱਚ? ਹਾਂਜੀ, ਬੇਟ ਏਰੀਆ ਬੇਟਾ, ਤਰਾਈ ਦੇ ਮੈਦਾਨ, ਬਾਂਗਰ, ਖਾਡਰ। ਹਾਂਜੀ, ਬੇਟ ਏਰੀਆ ਬੇਟਾ, ਦੇਖੋ ਬੇਟ ਏਰੀਆ ਉਹੀ ਹੋਏਗਾ ਜਿਹੜਾ ਏਰੀਆ ਨੀਵਾਂ ਹੋਏਗਾ, ਦਰਿਆ ਨਾਲ ਲੱਗਦਾ ਹੋਊਗਾ, ਕੰਢਾ ਹੋਊਗਾ ਬੇਟਾ ਦਰਿਆ ਦਾ ਕਿਨਾਰਾ, ਤੇ ਯੈਸ ਨਵੀਂ ਮਿੱਟੀ ਹੋਏਗੀ ਬੇਟਾ ਉੱਥੇ, ਉਹ ਮਿੱਟੀ ਉਪਜਾਊ ਹੋਏਗੀ। ਖਾਡਰ, ਖਾਡਰ ਬੇਟਾ, ਹਾਂਜੀ ਆਪਣੇ ਇੰਦਰ ਨੇ ਬਿਲਕੁਲ ਸਹੀ ਜਵਾਬ ਦਿੱਤਾ ਹੈ। ਸਾਗਰ, ਸੁਖਮਨ ਪ੍ਰੀਤ, ਤੁਸੀਂ ਬੇਟਾ ਬਾਂਗਰ ਲਿਖ ਰਹੇ ਹੋ। ਬਾਂਗਰ ਜਿਹੜੇ ਨੇ ਉੱਚੇ ਮੈਦਾਨ ਹੁੰਦੇ ਹੈ, ਪੁਰਾਣੀ ਮਿੱਟੀ ਦੇ ਮੈਦਾਨ ਹੁੰਦੇ ਨੇ। ਓਕੇ, ਹਾਂਜੀ ਖਾਡਰ ਜਿਹੜਾ ਹੈ ਰਾਈਟ ਆਂਸਰ। ਚਲੀਏ ਇੱਕ ਮਿੰਟ ਹੋਰ ਦੱਸੋ ਕਿ ਕਿਹੜੇ ਮੈਦਾਨ ਹਵਾ ਦੁਆਰਾ ਉਡਾ ਕੇ ਜਮ੍ਹਾਂ ਕੀਤੀ ਮਿੱਟੀ ਨਾਲ ਬਣੇ ਨੇ? ਕਿਹੜੇ ਮੈਦਾਨ ਹਵਾ ਦੁਆਰਾ, ਕਿਹੜੇ ਮੈਦਾਨ ਹਵਾ ਦੁਆਰਾ ਉਡਾ ਕੇ ਜਮ੍ਹਾਂ ਕੀਤੀ ਗਈ ਮਿੱਟੀ ਨਾਲ ਬਣੇ ਹਨ? ਹਾਂ ਵਾਇਸ ਦੀ ਬੇਟਾ ਕੋਈ ਪ੍ਰੋਬਲਮ ਨਹੀਂ, ਵਾਇਸ ਬੱਚਿਆਂ ਨੂੰ ਆ ਰਹੀ ਹੈ, ਤੁਸੀਂ ਆਪਣਾ ਮਾਈਕ ਵਗੈਰਾ ਚੈੱਕ ਕਰੋ। ਹਾਂਜੀ ਸਿਮਰਨ, ਬਹੁਤ ਅੱਛੇ ਬੇਟਾ, ਐਂਡ ਮਾਨਸੀ ਆਲਸੋ। ਜੀ ਜੀ ਸ਼ੀਤਲ, ਹਾਂ ਅਸੀਂ ਇਹਨਾਂ ਨੂੰ ਬੇਟਾ ਭੂੜ ਦੇ ਮੈਦਾਨ ਕਹਿੰਦੇ ਹੈਗੇ ਹਾਂ। ਭੂੜ ਦੇ ਮੈਦਾਨ ਬੇਟਾ ਰੇ ਵਾਲੇ ਨਹੀਂ, ਨਾ 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 ਨਾ, ਰੇ ਨਹੀਂ ਹੈ, ਭੂੜ ਦੇ ਮੈਦਾਨ ਬੇਟਾ। ਯੈਸ, ਸਭ ਤੋਂ ਪਹਿਲੇ ਜਿਹੜਾ ਸਹੀ ਜਵਾਬ ਦਿੱਤਾ ਹੈ ਸਿਮਰਨ ਨੇ, ਕਾਂਗਰੇਟ ਸਿਮਰਨ, ਵੈਲ ਡਨ। ਹਾਂਜੀ ਭੂੜ ਦੇ ਮੈਦਾਨ ਸਹੀ ਹੈ ਬੇਟਾ। ਓਕੇ ਹੁਣ ਮੈਨੂੰ ਦੱਸੋ ਕਿ ਜਲੰਧਰ ਤੇ ਕਪੂਰਥਲਾ, ਇਹ ਜਿਹੜੇ ਦੋਨੇ ਸ਼ਹਿਰ ਨੇ ਇਹ ਕਿਸ ਦੁਆਬੇ ਦੇ ਵਿੱਚ ਆਉਂਦੇ ਨੇ? ਦੁਆਬਾ ਬਾਰੀ, ਦੁਆਬਾ ਬਿਸਤ, ਦੁਆਬਾ ਚੱਜ, ਦੁਆਬਾ ਰਚਨਾ। ਜਲੰਧਰ ਤੇ ਕਪੂਰਥਲਾ ਬੇਟਾ, ਹਾਂ ਸੋਚੋ ਸੋਚੋ ਸਰ, ਬਸ ਟਾਈਮ ਬੇਟਾ ਆਪਣੇ ਬਸ ਥੋੜਾ ਜਿਹਾ ਹੀ ਪਿਆ ਹੈਗਾ। ਅਰੇ ਵਾਓ, ਹਾਂਜੀ ਸੁਖਮਨਪ੍ਰੀਤ ਔਰ ਇੰਦਰ, ਰਜਨੀ, ਵੈਲ ਡਨ ਬੇਟਾ, ਗੁੱਡ ਗੁੱਡ। ਸਾਗਰ, ਦੁਆਬਾ ਰਚਨਾ ਕਿੱਥੋਂ ਆ ਜਾਏਗਾ ਬੇਟਾ? ਹਾਂਜੀ ਇਹ ਬੇਟਾ ਬਾਰੀ ਆਪਣੇ, ਸੋਰੀ ਬਿਆਸ ਔਰ ਜਿਹੜਾ ਸਤਲੁਜ ਦਾ ਇਲਾਕਾ ਹੈ ਜੋ ਆਪਣੇ ਅਜੋਕੇ ਪੰਜਾਬ ਚ ਹੈ ਬੇਟਾ, ਤੇ ਉਸ ਦੁਆਬੇ ਦੇ ਇਹ ਦੋ ਸ਼ਹਿਰ ਨੇ ਜਲੰਧਰ ਅਤੇ ਕਪੂਰਥਲਾ, ਦੁਆਬਾ ਬਿਸਤ। ਹਾਂਜੀ ਯੋਗਰਾਜ ਬਿਲਕੁਲ ਸਹੀ ਬੇਟਾ। ਚਲੀਏ ਹੁਣ ਮੈਨੂੰ ਦੱਸੋ ਬਾਰੀ ਦੁਆਬੇ ਦਾ ਇੱਕ ਪ੍ਰਸਿੱਧ ਸ਼ਹਿਰ, ਬਾਰੀ ਦੁਆਬੇ ਦਾ ਜਿਹੜਾ ਬੜਾ ਮਸ਼ਹੂਰ ਹੋਵੇ ਤੇ ਬਹੁਤ ਪੁਰਾਣਾ ਵੀ ਹੋਵੇ, ਦੁਆਬਾ ਬਾਰੀ ਬੇਟਾ। ਯੈਸ ਮਾਨਸੀ, ਐਕਸੀਲੈਂਟ ਬੇਟਾ, ਗੁੱਡ। ਸ਼ੀਤਲ, ਵੈਲ ਡਨ। ਹਾਂਜੀ ਬੇਟਾ, ਯੈਸ ਯੈਸ, ਕਿਆ ਬਾਤ ਹੈ, ਬਹੁਤ ਅੱਛੇ। ਅਗਰ ਤੁਸੀਂ ਐਵੇਂ ਬੇਟਾ ਮਿਹਨਤ ਕਰਦੇ ਰਹੇ ਤਾਂ ਆਪਣੀ ਲਾਈਫ ਦੇ ਵਿੱਚ ਜ਼ਰੂਰ ਬਹੁਤ ਅੱਗੇ ਜਾਓਗੇ। ਮਾਈ ਬੈਸਟ ਵਿਸ਼ਿਜ਼ ਆਰ ਵਿਦ ਯੂ ਆਲਵੇਜ਼। ਓਕੇ ਚਲੀਏ, ਹਾਂਜੀ ਹੁਣ ਮੇਰਾ ਕੁਐਸਚਨ ਇਹ ਹੈ, ਸੋਰੀ ਮੈਂ ਆਨਸਰ ਦੱਸਦਾ ਪਹਿਲਾਂ, ਬਾਰੀ ਦੁਆਬੇ ਦੇ ਜਿਹੜੇ ਪ੍ਰਸਿੱਧ ਸ਼ਹਿਰ ਨੇ ਬੇਟਾ ਦੋ, ਇੱਕ ਹੈ ਲਾਹੌਰ ਤੇ ਦੂਜਾ ਆਪਣਾ ਅੰਮ੍ਰਿਤਸਰ। ਓਕੇ ਹਾਂਜੀ ਹੁਣ ਮੇਰਾ ਕੁਐਸਚਨ ਇਹ ਹੈ ਕਿ
संसार दा सब तो वड्डा डेल्टा केड़ा है जी? संसार दा सब तो वड्डा डेल्टा, नेम ऑफ द लार्जेस्ट डेल्टा ऑफ द वर्ल्ड। वेल डन शीतल, यू आर वेरी क्विक, गुड। करणवीर, बहुत अच्छा बेटा। हाँ जी, वाह वाह, लगता है बच्चे ने ध्यान सुने सारा, बहुत अच्छा है बेटा। हाँ जी, सुंदर बांधे डेल्टा, गुड। ते यस, एक मिनट हुन होर दसो कि जो अपना शिवालिक पर्वत ने बेटा, शिवालिक पर्वत दे पैरां दे विच किहड़ा बदान है? शिवालिक पर्वत दे पैरां दे विच केड़ा मैदान है जेड़ा कि 8 तो 16 किलोमीटर दी पट्टी तक हैगा जी? ओ ते उत्थे ज्यादा कंकर पत्थर जमा रहंदे ने ते ओ ज्यादा उपजाऊ भी नहीं हैगा ना। आप ही फिर जो कंकर पत्थर होणगे बेटा ते उपजाऊ ओ किवें होऊगा दसो? ते आपां तां बड़े भागां वाले हां कि अपने पंजाब कोल सारा मैदानी इलाका है, सारी जलोड़ी मिट्टी है, फर्टाइल लैंड है साडे कोल बेटा। असी तां पूरे हिंदुस्तान दा जिहड़ा ढिड भर सकदे हैगे आ और भरदे आए हां बेटा। यस, बहुत अच्छा, बहुत प्यारे बच्चे, सब दा आंसर बेटा बिल्कुल सही है। ते सब तो पहले जिहड़ा आंसर दिता है सही, वह आंसर दिता है अपने हर्ष ने बेटा, गुड। भाबर दे मैदान बेटा, शिवालिक दे पैरां दे विच भाबर दे मैदान। अपने कोल बेटा बस 2 मिनट बचे ने, मैं होर कोशिश कर दें कि जिहड़े मेन मेन क्वेश्चन ने तुहानू मैं जरूर सांझे करां। यस, केड़े मैदान जिहड़े ने उहदे विच दलदल हुंदी है ते हुमस नाल भरे हुंदे ने ते उत्थे जंगल भी ज्यादा हुंदे ने? दलदल होना मतलब तुसी मेरा हिंट समझ गए होगे। हर्ष, वेरी नाइस बेटा, क्या बात है। हाँ जी, तराई दे मैदान बेटा, बहुत अच्छे, बहुत प्यारे बेटा, गुड गुड। हाँ जी, कृष्णा, बहुत अच्छा बेटा, तराई दे मैदान। क्योंकि जो मैं दलदल किया ते दलदल का मतलब है पानी, और पानी होंगे तर, ते तर तो तराई दे मैदान बेटा। हाँ, इट्स वेरी ईजी टू फाइंड आउट जी। होर आप चलते हाँ। यस, तुसी मैनू ये दसो कि बनतर दे हिसाब नाल असी मैदानां नू किन्ने भागां च वंडिया है? बनतर दे हिसाब नाल बेटा। मानसी, वाओ, वेरी नाइस। हाँ जी, मानसी दा, रजनी, हरेश, सुखमनप्रीत, कृष्णा, ओ बहुत अच्छे, क्या बात है, इन्ने क्विक यार तुसी, बहुत प्यारे, बिल्कुल सही है बेटा। 6 हिस्से होंगे ने ते मैनू लगदा तुहानू जरूर समझ आ गई होएगी इहदे विच। जिहड़े 6 पार्ट ने बेटा साडे, भाबर, तराई, मांगर, खाडर, रे दे मैदान ते भूड़ दे मैदान, 6 मैदान ने बेटा। ओके, ते खेतरी वण दे अनुसार साडे कोल सिंध दे मैदान ने, ब्रह्मपुत्र दे मैदान ने, गंगा दे मैदान ने बेटा। सिंध दे मैदान दे आपां फिर अगों कर सकदे हां, पंजाब हरियाणा दे मैदान ते राजस्थान दे मारूथल ते मैदान। ठीक है बेटा, थैंक यू वेरी मच, थैंक यू फॉर पार्टिसिपेशन। तुहानू क्लास किवें लगी, तुसी बेटा अपना जवाब लिख सकते हैगे हो अखीर दे विच। वी हैव जस्ट कुछ सैकेंड्स। ओके, थैंक यू हर्ष। हाँ जी, थैंक यू मानसी, सिमरन, मनजोत, पलक, गुरमीत, जशनप्रीत, सुखमन, योगराज, हर्षदीप, कृष्णा, मधु, कोमल, तनवीर, गुरदेव, थोड़े सारे।